Jithe Jaye Bahye Bhala Kahiye. ਇਹੋ ਜਿਹੀ ਪਤਤ ਪੁਣੇ ਵੱਲ ਵੱਧ ਰਹੀ ਸਿੱਖੀ ਦੀ ਦੌੜ ਅਤੇ ਇਸ ਦੇ ਮਾੜੇ ਹਾਲਾਤਾਂ ਦੇ ਵਿੱਚ ਦੋਸ਼ ਅੱਜ ਦੇ ਨੌਜਵਾਨ ਦਾ ਵੀ ਘੱਟ ਨਹੀਂ। ਅੱਜ ਦੇ ਨੌਜਵਾਨ ਕੋਲ ਸਕੂਲ ਅਤੇ ਕਾਲਜਸ ਦੀ ਪੜ੍ਹਾਈ, ਡਿਗਰੀਆਂ, ਡਿਪਲੋਮੇ ਤਾਂ ਹਨ, ਜੇਕਰ ਇਹਨਾਂ ਡਿਗਰੀਆਂ ਜਾਂ ਡਿਪਲੋਮਿਆਂ ਰਾਹੀਂ ਹਾਸਲ ਕੀਤੀ ਪੜ੍ਹਾਈ ਨੂੰ ਜੁਗੋ ਜੁਗ ਅਟਲ ਸਦਾ ਥਿਰ ਰਹਿਣ ਵਾਲੇ ਗੁਰੂ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਆਪਣੀ ਅਸਲੀਅਤ ਦੀ ਪਛਾਣ ਕੀਤੀ ਜਾਵੇ। ਬਾਣੀ ਜਿਸ ਦੇ ਅਸੀਂ ਸਿੱਖ ਹਾਂ, ਉਸ ਨੂੰ ਸਮਝਣ ਦਾ ਰੱਤਾ ਵੀ ਯਤਨ ਕੀਤਾ ਜਾਵੇ ਤਾਂ ਸਾਡਾ ਇਹ ਸੰਸਾਰਕ ਜੀਵਨ ਵੀ ਉੱਚਾ ਹੋ ਜਾਵੇ ਅਤੇ ਜਨੂਨੀਆਂ ਦੇ ਵਾਰ ਵੀ ਮਾੜਾ ਅਸਰ ਨਾ ਪਾ ਸਕਣ। ਇਸੇ ਲਈ ਤਾਂ ਅੱਜ ਦੇ ਨੌਜਵਾਨ ਨੂੰ ਆਖਣਾ ਪੈਂਦਾ ਕਿ ਇਸ ਦੇ ਵਿੱਚ ਪਤਤ ਪੁਣੇ ਦੀ ਝੁੱਲ ਰਹੀ ਹਨੇਰੀ ਦੇ ਵਿੱਚ ਨੌਜਵਾਨ ਦਾ ਦੋਸ਼ ਵੀ ਕੋਈ ਘੱਟ ਨਹੀਂ। ਕੀ ਇਹ ਜਾਣਦੇ ਨੇ ਕਿ ਆਪਣੇ ਜੀਵਨ ਵਿੱਚ ਇਹ ਕੀ ਕਰ ਰਹੇ ਨੇ? ਜਿਹੜੇ ਆਪਣੇ ਸੋਹਣੀ ਸਿੱਖੀ ਸਰੂਪ ਨੂੰ ਅੱਜ ਤੋਂ ਕੇਵਲ ਕੁਝ ਕੁ ਸਮਾਂ ਪਹਿਲਾਂ ਇੰਨੀ ਭਾਰੀ ਕੀਮਤ ਦੇ ਕੇ ਬਚਾਇਆ ਸੀ, ਇਸ ਸਿੱਖੀ ਨੂੰ ਸਾਂਭਣ ਦੀ ਖਾਤਰ ਆਪਣੀਆਂ ਜਾਨਾਂ ਦੇ ਨਾਲ ਆਪਣੇ ਘਰ ਬਾਰ ਵੀ ਕੁਰਬਾਨ ਕਰ ਦਿੱਤੇ, ਆਪਣੇ ਜੀਵਨ ਦੇ ਸੁੱਖਾਂ ਨੂੰ ਤਿਆਗ ਕੇ ਸਿੱਖੀ ਨੂੰ ਜੀਵਨ ਵਿੱਚ ਕਮਾਉਣ ਦਾ ਯਤਨ ਕੀਤਾ। ਅੱਜ ਆਪਣੇ ਹੱਥੀ ਕੈਂਚੀ ਨਾਲ ਆਪਣੇ ਬੱਬਰ ਸ਼ੇਰ ਵਾਲੇ ਇਲਾਹੀ ਸਰੂਪ ਨੂੰ ਤਿਆਗ ਕੇ ਸੰਸਾਰ ਦੀ ਭੀੜ ਦੇ ਵਿੱਚ ਅੱਜ ਦਾ ਨੌਜਵਾਨ ਗੁੰਮ ਹੁੰਦਾ ਜਾ ਰਿਹਾ। ਅੱਜ ਦਾ ਨੌਜਵਾਨ ਨਾਈਆਂ ਦੇ ਕੋਲ ਚੱਕਰ ਕੱਟ ਰਿਹਾ ਹੈ। ਅਫਸੋਸ ਤਾਂ ਉਸ ਸਮੇਂ ਹੁੰਦਾ ਹੈ, ਹਿਰਦੇ ਵਿੱਚ ਸੱਟ ਤਾਂ ਉਸ ਸਮੇਂ ਲੱਗਦੀ ਏ ਜਦੋਂ ਸਿੱਖਾਂ ਦੇ ਨੌਜਵਾਨ ਬੱਚੇ ਇਹ ਆਖਦੇ ਨੇ ਕੇਸਾਂ ਵਿੱਚ ਕਿਹੜੀ ਸਿੱਖੀ ਪਈ ਏ, ਦਾੜੀ ਨੂੰ ਕਿਹੜੇ ਅੰਬ ਲੱਗਣੇ ਨੇ, ਕੇਸਾਂ ਤੋਂ ਬਿਨਾਂ ਭਲਾ ਕੋਈ ਸਿੱਖ ਨਹੀਂ ਹੋ ਸਕਦਾ। ਜਦੋਂ ਇੱਦਾਂ ਦੀਆਂ ਮੰਦਭਾਗੀਆਂ ਗੱਲਾਂ ਸਿੱਖਾਂ ਦੇ ਬੱਚੇ ਕਰਨ ਤਾਂ ਹਿਰਦਾ ਵਲੂੰਦਰਿਆ ਜਾਂਦਾ ਹੈ। ਆਖਰ ਇਹੋ ਗੱਲ ਤਾਂ ਸਿੱਖੀ ਦੇ ਦੁਸ਼ਮਣ ਸਾਡੇ ਮੂੰਹੋਂ ਕਢਾਉਣਾ ਚਾਹੁੰਦੇ ਸਨ, ਜਿੱਥੇ ਉਹਨਾਂ ਨੇ ਅੱਜ ਦੇ ਨੌਜਵਾਨ ਨੂੰ ਪਹੁੰਚਾ ਦਿੱਤਾ। ਇਹਨਾਂ ਪੰਥ ਵਿਰੋਧੀਆਂ ਤਾਕਤਾਂ ਦੇ ਅੱਗੇ ਇਵੇਂ ਜਾਪਦਾ ਜਿਵੇਂ ਸਿੱਖ ਨੌਜਵਾਨਾਂ ਨੇ ਆਪਣੇ ਗੋਡੇ ਟੇਕ ਦਿੱਤੇ, ਆਪਣੀ ਹਾਰ ਮੰਨ ਲਈ, ਗੁਰਬਾਣੀ ਦੀ ਸੋਹਣੀ ਸਿੱਖਿਆ ਤੋਂ ਲਾਪਰਵਾਹ ਹੋ ਕੇ ਇਹਨਾਂ ਨੌਜਵਾਨਾਂ ਨੇ ਆਪਣੀ ਅੰਦਰਲੀ ਹਾਲਤ ਕੁਝ ਇੱਦਾਂ ਦੀ ਕਮਜ਼ੋਰ ਕਰ ਲਈ, ਇਸ ਵੇਲੇ ਜੀਵਨ 'ਤੇ ਉਸ ਪੜਾਅ 'ਤੇ ਪਹੁੰਚ ਗਿਆ। ਯਕੀਨ ਜਾਣੋ, ਜੇ ਅੱਜ ਇਹਨਾਂ ਨੌਜਵਾਨਾਂ ਦੇ ਅੰਦਰ ਰੱਤੀ ਭਰ ਵੀ ਗੁਰਬਾਣੀ ਦੀ ਸਿੱਖਿਆ ਹੁੰਦੀ ਤਾਂ ਘੱਟੋ ਘੱਟ ਇਹ ਆਪਣੀ ਅਮੀਰ ਵਿਰਾਸਤ ਨੂੰ ਫਖਰ ਦੇ ਨਾਲ ਜਿਉਂਦੇ, ਆਪਣੇ
ਰੋਸ਼ਨਮਈ ਉਸ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦੇ ਅਤੇ ਸੰਸਾਰ ਦੇ ਵਿੱਚ ਇਸ ਦਾ ਪ੍ਰਚਾਰ ਕਰਦੇ। ਪਰ ਇਹਨਾਂ ਨੌਜਵਾਨਾਂ ਦੇ ਸਰੂਪ ਵੱਲ ਸੱਚ ਜਾਣਿਓ, ਜੇਕਰ ਇੱਕ ਕਣੀ ਵੀ ਅੱਜ ਦੇ ਸਿੱਖ ਨੌਜਵਾਨ ਦੇ ਅੰਦਰ ਸਿੱਖੀ ਦੀ ਬੱਚੀ ਹੁੰਦੀ ਤਾਂ ਘੱਟੋ ਘੱਟ ਕੇਸਾਂ ਬਾਰੇ ਇਹੋ ਜਿਹੀ ਗੱਲ ਨਾ ਕਰਦੇ, ਸਗੋਂ ਇਹਨਾਂ ਨੇ ਕੇਸਾਂ ਦੀ ਪੂਜਾ ਕਰਨੀ ਸੀ। ਟੁੱਚਰਾਂ ਤਾਂ ਦੂਰ, ਇਹਨਾਂ ਦਾੜੀ ਕੇਸਾਂ ਬਾਰੇ ਇੱਕ ਲਫਜ਼ ਵੀ ਬਰਦਾਸ਼ਤ ਨਹੀਂ ਸੀ ਕਰਨਾ। ਇਹ ਸਿੱਖੀ ਸਰੂਪ ਵੱਲ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਹੋਏ ਸੁੰਦਰ ਬਾਣੇ ਦੇ ਦੁਸ਼ਮਣਾਂ ਦੀ ਉਂਗਲੀ ਉੱਠਣਾ ਇਸ ਗੱਲ ਦਾ ਸਬੂਤ ਹੈ ਕਿ ਸਿੱਖੀ ਪੱਖੋਂ ਅੱਜ ਦਾ ਨੌਜਵਾਨ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਹੈ। ਹੋਰ ਤਾਂ ਹੋਰ, ਅੱਜ ਦੀ ਗੁਲਾਮੀ ਦੀ ਨਿਸ਼ਾਨੀ ਟੋਪੀਆਂ ਵੀ ਇਹਨਾਂ ਦੇ ਸਿਰਾਂ 'ਤੇ ਹਾਵੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਆਪਣੇ ਪਰਿਵਾਰਾਂ ਦੇ ਵਿੱਚ ਸਿੱਖੀ ਦੇ ਇਹੋ ਜਿਹੇ ਹਾਲਾਤ ਵੇਖ ਕੇ ਇੱਕ ਵਾਰੀ ਅੰਦਾਜ਼ਾ ਜ਼ਰੂਰ ਲਾ ਲਈਏ, ਇੱਕ ਵਾਰੀ ਇਸ ਗੱਲ ਦਾ ਹਿਸਾਬ ਜ਼ਰੂਰ ਲਾ ਲਈਏ ਜੇ ਇਹੋ ਹਾਲ ਸਾਡੇ ਨੌਜਵਾਨਾਂ ਦਾ ਰਿਹਾ, ਜੇ ਕੇਸਾਂ ਦੇ ਪ੍ਰਤੀ ਅੱਜ ਦਾ ਨੌਜਵਾਨ ਸੁਚੇਤ ਨਾ ਹੋਇਆ। ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਮਰਿਆਦਾ ਨੂੰ ਧਾਰਨ ਕਰਨ ਦਾ ਹੀਆ ਨਾ ਕੀਤਾ ਅਤੇ ਆਉਣ ਵਾਲਾ ਸਮਾਂ ਸਿੱਖੀ ਸਰੂਪ ਦੇ ਲਈ ਕਿਹੋ ਜਿਹਾ ਭਿਆਨਕ ਸਮਾਂ ਹੋਵੇਗਾ। ਇਹਨਾਂ ਨੇ ਕੌਮ ਦੇ ਉਹ ਹੀਰੇ ਬਣਨਾ ਸੀ ਜਿਨ੍ਹਾਂ 'ਤੇ ਦੁਨੀਆ ਮਾਣ ਕਰਦੀ ਹੈ, ਜਿਸ ਸਰੂਪ ਦਾ ਸਤਿਕਾਰ ਦੂਜੇ ਧਰਮਾਂ ਨੇ ਵੀ ਰੱਜ ਕੇ ਕੀਤਾ ਅਤੇ ਅੱਜ ਵੀ ਕਰਦੇ ਨੇ। ਸਿੱਖੀ ਦੇ ਜਿਸ ਜੀਵਨ ਨੂੰ ਸਿੱਖੀ ਦੇ ਦੁਸ਼ਮਣਾਂ ਨੇ ਵੀ ਸਲਾਇਆ, ਮੁਗਲਾਂ ਨੇ ਵੀ ਸਿੱਖਾਂ ਦੇ ਉੱਚੇ ਅਤੇ ਸੁੱਚੇ ਕਿਰਦਾਰ ਦੀ ਸ਼ਲਾਘਾ ਕੀਤੀ। ਭਾਵੇਂ ਉਹੀ ਮੁਗਲ ਸਿੱਖੀ ਦੇ ਲਈ ਕਸਾਈ ਬਣੇ ਹੋਏ ਸਨ, ਸਿੱਖੀ ਨੂੰ ਮਾਰ ਮੁਕਾਉਣਾ ਚਾਹੁੰਦੇ ਸਨ, ਪਰ ਜਦੋਂ ਸਿੱਖ ਦੇ ਕਿਰਦਾਰ ਦੀ ਗੱਲ ਹੁੰਦੀ ਸੀ ਇਹਨਾਂ ਜ਼ਾਲਮਾਂ ਦਾ ਵੀ ਸੀਸ ਅਦਬ ਦੇ ਨਾਲ ਝੁੱਕ ਜਾਂਦਾ ਸੀ। ਪਰ ਅੱਜ ਕੇਵਲ ਸਾਡੇ ਨੌਜਵਾਨਾਂ ਦੇ ਚਿਹਰਿਆਂ ਤੋਂ ਦਾੜੀ ਮੁੱਛ ਗਾਇਬ ਨਹੀਂ ਹੋਈ, ਕੇਵਲ ਇਹ ਸਰੂਪ ਹੀ ਨਹੀਂ ਵਿਗੜਿਆ, ਸਗੋਂ ਇਸ ਨੂੰ ਵਿਗਾੜਨ ਵਾਲੇ, ਆਪਣੇ ਘਰ ਨੂੰ ਡਾਕਾ ਪਾਉਣ ਵਾਲੇ ਅਸੀਂ ਆਪ ਬਣ ਗਏ ਹਾਂ। ਕੋਈ ਬਾਹਰਲਾ ਇਸ ਪ੍ਰਕਾਰ ਦਾ ਹੀਆ ਕਰਦਾ ਅਤੇ ਉਹਨੂੰ ਸੋਧਿਆ ਜਾਂਦਾ, ਕੋਈ ਸਜ਼ਾ ਦਿੱਤੀ ਜਾਂਦੀ, ਪਰ ਅਫਸੋਸ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਉਸ ਖੇਤ ਦਾ ਰਖਵਾਲਾ ਕੌਣ ਹੋਵੇਗਾ? ਅਸਲ ਦੇ ਵਿੱਚ ਇਹ ਟੁੱਚਰਾਂ ਸਾਡੇ ਨੌਜਵਾਨਾਂ ਦੀਆਂ ਨਹੀਂ। ਪਹਿਲਾਂ ਤਾਂ ਇਹਨਾਂ ਦੇ ਅੰਦਰੋਂ ਸਿੱਖੀ ਖੋਹ ਲਈ ਗਈ, ਫਿਰ ਬੜੀ ਚਾਲ ਦੇ ਨਾਲ, ਬੜੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਮੂੰਹ ਦੇ ਵਿੱਚ ਇਹ ਲਫ਼ਜ਼ ਪਾਏ ਗਏ, ਕੇਸਾਂ ਦੇ ਵਿੱਚ ਕਿਹੜੀ ਸਿੱਖੀ ਹੈ? ਕੀ ਕੇਸਾਂ ਤੋਂ ਬਿਨਾਂ ਸਿੱਖੀ ਨਹੀਂ ਹੋ ਸਕਦੀ? ਇਹੋ ਜਿਹੇ ਲਫ਼ਜ਼ ਸਾਡੀ ਨੌਜਵਾਨ ਪੀੜ੍ਹੀ ਦੇ ਮੂੰਹ ਦੇ ਵਿੱਚ ਤੁੰਨੇ ਗਏ, ਪਰ ਇਹਨਾਂ ਨੂੰ ਉਦੋਂ ਵੀ ਸਿੱਖੀ ਦੇ ਦੁਸ਼ਮਣਾਂ ਦੀ ਪਛਾਣ ਨਾ ਹੋਈ। ਇਹ ਬੜੀ ਲੰਮੀ ਦਰਦ ਭਰੀ ਵਿਥਿਆ ਹੈ, ਦੁੱਖ ਦਾ ਰਾਗ ਹੈ, ਉਹੀ ਜਿਹੜੇ ਕਦੇ ਇਸੇ ਤਰ੍ਹਾਂ ਆਖਿਆ ਕਰਦੇ ਸਨ, ਸਿੱਖੀ ਤਾਂ ਕੇਸਾਂ ਤੋਂ ਬਿਨਾਂ ਵੀ ਹੋ ਸਕਦੀ ਹੈ। ਅੱਜ ਕੇਵਲ
ਇੱਕ ਜਾਂ ਦੋ ਪੁਸ਼ਤਾਂ ਬਾਅਦ ਉਸ ਦੇ ਘਰ ਸਿੱਖੀ ਨਾਂ ਦੀ ਚੀਜ਼ ਨਹੀਂ ਬਚੀ। ਕਿਉਂ? ਜੋ ਆਪ ਸਿੱਖੀ ਨੂੰ ਨਾ ਸੰਭਾਲ ਸਕਿਆ, ਉਸ ਦੇ ਪੁੱਤਰ ਪੋਤਰਿਆਂ ਨੂੰ ਸਿੱਖੀ ਦੀ ਦਾਸਤਾਨ ਕਿਹਨੇ ਸੁਣਾਉਣੀ ਸੀ? ਐਸੇ ਮਨਮੁੱਖ ਦੀ ਅਗਲੀ ਪੀੜ੍ਹੀ ਨੂੰ ਸਿੱਖੀ ਦਾ ਸੁਨੇਹਾ ਕਿਹਨੇ ਦੇਣਾ ਸੀ ਜੋ ਆਪ ਗੁਰੂ ਤੋਂ ਦੂਰ ਹੋ ਗਿਆ, ਪਤਤ ਹੋ ਗਿਆ, ਧਰਮ ਦੇ ਮਾਰਗ ਦੇ ਵਿੱਚ ਬੇਪਤ ਹੋ ਗਿਆ? ਆਪਣੀਆਂ ਅਗਲੀਆਂ ਪੁਸ਼ਤਾਂ ਨੂੰ, ਆਪਣੇ ਬੱਚਿਆਂ ਨੂੰ ਸਿੱਖੀ ਦਾ ਸੁਨੇਹਾ ਤਾਂ ਹੀ ਪਹੁੰਚਾ ਸਕਦੇ ਹਾਂ ਜੇ ਆਪ ਸਿੱਖ ਸਰੂਪ ਵਿੱਚ ਕਾਇਮ ਹਾਂ। ਜੇ ਅਸੀਂ ਆਪ ਸਿੱਖੀ ਧਾਰਨ ਨਹੀਂ ਕੀਤੀ, ਬੱਚਿਆਂ ਨੂੰ ਸਿੱਖੀ ਬਾਰੇ ਕੌਣ ਦੱਸੇਗਾ? ਅੱਜ ਐਸੇ ਮਨਮੁੱਖਾਂ ਦੀ, ਬੇਪਤਾਂ ਦੀ ਔਲਾਦ ਸਿੱਖੀ ਦੇ ਬਾਰੇ ਕੁਝ ਵੀ ਨਹੀਂ ਜਾਣਦੀ, ਜਿਨ੍ਹਾਂ ਦੇ ਵੱਡੇ ਬਜ਼ੁਰਗ ਕਦੇ ਅੰਮ੍ਰਿਤਧਾਰੀ ਹੋਇਆ ਕਰਦੇ ਸਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਆਗਮਨ ਤੋਂ ਪਹਿਲਾਂ ਵਾਲੀਆਂ ਉਹੀ ਘੰਟੀਆਂ ਵੱਜ ਰਹੀਆਂ ਨੇ, ਮੂਰਤੀਆਂ ਤਸਵੀਰਾਂ ਪੂਜੀਆਂ ਜਾ ਰਹੀਆਂ ਨੇ, ਥਿੱਤ ਵਾਰ ਵਰਤ ਮਹੂਰਤ ਵਹਿਮ ਭਰਮ ਟੇਵੇ ਜਨਮ ਪੱਤਰੀਆਂ ਸਾਰੇ ਬ੍ਰਾਹਮਣੀ ਕਰਮ ਕਾਂਡਾਂ ਦਾ ਬੋਲਬਾਲਾ ਅੱਜ ਸਿੱਖੀ ਤੋਂ ਬੇਮੁੱਖ ਹੋਏ ਬੇਪਤ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਬਣ ਚੁੱਕਾ। ਜਿਨ੍ਹਾਂ ਅੰਮ੍ਰਿਤਧਾਰੀ ਪਰਿਵਾਰਾਂ ਦੇ ਵਿੱਚ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਜਾਪ ਕੀਤਾ ਜਾਂਦਾ ਸੀ, ਅਫਸੋਸ, ਅੱਜ ਉਹਨਾਂ ਘਰਾਂ ਦੇ ਜਵਾਈ ਸਿਗਰਟਾਂ ਪੀਣ ਵਾਲੇ, ਅੱਜ ਉਹਨਾਂ ਦੀਆਂ ਨੂੰਹਾਂ ਗੈਰ ਸਿੱਖਾਂ ਦੇ ਘਰੋਂ ਅਤੇ ਅੱਜ ਉਹਨਾਂ ਦੇ ਪੁੱਤਰ ਪੋਤਰੇ ਨੰਗੇ ਨਾਚ ਅਤੇ ਭੈੜੀ ਸੋਚ ਦੇ ਗੁਲਾਮ ਹੋ ਚੁੱਕੇ ਨੇ। ਕਿਉਂਕਿ ਜਾਗਦਾ ਹੋਇਆ ਸਿੱਖ ਐਸੇ ਪਰਿਵਾਰ ਵਿੱਚ ਆਪਣੀ ਬੇਟੀ ਦੇਣ ਨੂੰ ਤਿਆਰ ਨਹੀਂ। ਇਹ ਸਭ ਕਿਉਂ ਹੋਇਆ? ਕੀ ਅਜੇ ਵੀ ਸਾਨੂੰ ਸਮਝ ਨਾ ਆ ਸਕੀ? ਇਹ ਸਭ ਇਸ ਲਈ ਕਿ ਉਹਨਾਂ ਦੇ ਅੰਦਰੋਂ ਸਿੱਖੀ ਮੁੱਕ ਜਾਣ ਤੋਂ ਬਾਅਦ ਬਾਹਰੋਂ ਸ਼ਕਲ ਕਰਕੇ ਵੀ ਸਿੱਖੀ ਦਾ ਕੁਝ ਨਾ ਬਚਿਆ, ਸਰੂਪ ਦੇ ਜਾਂਦੇ ਹੀ ਉਸ ਕੋਲੋਂ ਉਹ ਖਜ਼ਾਨਾ ਵੀ ਜਾਂਦਾ ਰਿਹਾ। ਇਸੇ ਕਰਕੇ ਅੱਜ ਐਸੇ ਬੇਪਤੀਏ ਦੇ ਪਰਿਵਾਰ ਦੀ ਅਤੇ ਉਸ ਦੀ ਪਨੀਰੀ ਦੀ ਇਹੋ ਹਾਲਤ ਬਣ ਗਈ। ਅੱਜ ਪਰਿਵਾਰ ਦੇ ਵਿੱਚ ਸਿੱਖੀ ਦਾ ਨਾਮੋ ਨਿਸ਼ਾਨ ਨਾ ਰਿਹਾ। 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ, ਕਬਰਾਂ 'ਤੇ ਦੀਵੇ ਬਾਲਣ ਦੀ ਪ੍ਰਥਾ, ਕਈ ਪ੍ਰਕਾਰ ਦੇ ਢੋਂਗ ਵਰਤ, ਮੂਰਤੀ ਪੂਜਾ, ਗੁੱਟ ਦੇ ਉੱਤੇ ਪੰਡਤਾਂ ਕੋਲੋਂ ਬਣਵਾਏ ਹੋਏ ਧਾਗੇ ਅਤੇ ਮੱਥੇ 'ਤੇ ਲਾਏ ਹੋਏ ਤਿਲਕ, ਸਫਾ ਚੱਟ ਮੂੰਹ ਅਤੇ ਸਿਰ ਦਾ ਰੁੰਡਨ ਮੁੰਡਨ, ਇਹ ਐਸੇ ਮਨੁੱਖ ਦੀ ਹਾਲਤ ਬਿਆਨ ਕਰਦਾ ਹੈ ਜੋ ਬਾਣੀ ਤੋਂ ਟੁੱਟ ਕੇ ਬਾਣਾ ਵੀ ਵਿਸਾਰ ਬੈਠਾ ਅਤੇ ਅਜੇ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਅਜੇ ਵੀ ਆਪਣੇ ਨਾਂ ਦੇ ਨਾਲ ਸਿੱਖ ਲਫ਼ਜ਼ ਲਾਉਣਾ ਚਾਹੁੰਦਾ ਹੈ। ਇਹੋ ਜਿਹੇ ਸਿੱਖਾਂ ਤੋਂ ਰੱਬ ਹੀ ਖਹਿੜਾ ਛੁਡਾਏ, ਜਿਨ੍ਹਾਂ ਨੇ ਗੁਰੂ ਤੋਂ ਖਹਿੜਾ ਛੁਡਾ ਲਿਆ। ਕਿਸੇ ਵਿਦਵਾਨ ਦਾ
ਇੱਕ ਬਾ ਕਮਾਲ ਬਚਨ ਹੈ। ਇੱਕ ਤੇ ਖੁਦਾ ਤੋਂ ਡਰੋ ਤੇ ਦੂਜਾ ਉਸ ਤੋਂ ਡਰੋ ਜਿਹੜਾ ਖੁਦਾ ਤੋਂ ਨਹੀਂ ਡਰਦਾ। ਇਸ ਬਚਨ ਦੇ ਵਿੱਚ ਬਹੁਤ ਡੂੰਘਾਈ ਹੈ। ਇੱਕ ਤਾਂ ਰੱਬ ਦੇ ਪ੍ਰਤੀ ਸਾਡੇ ਅੰਦਰ ਭੈ ਭਾਵਨੀ ਹੋਵੇ, ਕਿਉਂਕਿ ਇਹ ਜਗਤ, ਇਹ ਸਾਰਾ ਸੰਸਾਰ ਪਰਿਪੂਰਨ ਪਰਮਾਤਮਾ ਜੀ ਦੇ ਹੁਕਮ ਦੇ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਇਸ ਕਰਕੇ ਅਸੀਂ ਉਸ ਪਰਿਪੂਰਨ ਪਰਮਾਤਮਾ ਦੀ ਭੈ ਭਾਵਨੀ ਵਿੱਚ ਰਹੀਏ ਜੇ ਜੀਵਨ ਵਿੱਚ ਸੁੱਖ ਮਾਣਨਾ ਚਾਹੁੰਦੇ ਹਾਂ। ਇੱਕ ਤੇ ਰੱਬ ਤੋਂ ਡਰੋ ਤੇ ਦੂਜਾ ਉਸ ਤੋਂ ਡਰੋ, ਭਾਵ ਉਸ ਦੀ ਸੰਗਤ ਨਾ ਕਰੋ ਜਿਹੜਾ ਰੱਬ ਤੋਂ ਨਹੀਂ ਡਰਦਾ। ਮਨ ਮੁੱਖ ਬੇਪਤ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਨੂੰ ਜਿਸਨੇ ਨਹੀਂ ਕਮਾਇਆ, ਜਿਹਨੇ ਗੁਰੂ ਦੇ ਦਰਸਾਏ ਮਾਰਗ 'ਤੇ ਕਦੇ ਕਦਮ ਨਹੀਂ ਪੁੱਟਿਆ, ਸਗੋਂ ਗੁਰੂ ਨੂੰ ਪਿੱਠ ਵਿਖਾ ਕੇ ਅਣਮਤੀਆਂ ਵਾਲੇ ਮਾਰਗ 'ਤੇ ਤੁਰ ਪਿਆ। ਸਤਿਗੁਰਾਂ ਦਾ ਬਚਨ ਹੈ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਇਹਨਾਂ ਤੋਂ ਵੀ ਬਚੋ, ਇਹਨਾਂ ਦੀ ਸੰਗਤ ਨਾ ਕਰਿਓ, ਕਿਉਂਕਿ ਬੁਰੇ ਦੀ ਸੰਗਤ ਕੀਤਿਆਂ ਮਨ 'ਤੇ ਕਈ ਵਾਰਾਂ ਮਾੜਾ ਪ੍ਰਭਾਵ ਪੈ ਜਾਂਦਾ ਹੈ। ਕੋਲੇ ਦੀ ਸੰਗਤ ਕਰੀਏ, ਹੱਥ ਵੀ ਕਾਲੇ ਕਰਦਾ ਹੈ ਅਤੇ ਬਸਤਰ ਵੀ ਕਾਲੇ ਕਰਦਾ ਹੈ। ਇਸ ਕਰਕੇ ਇਹਨਾਂ ਦੀ ਸੰਗਤ ਤੋਂ ਬਚੀਏ। ਇਹਨਾਂ ਦੀ ਸੰਗਤ ਦੇ ਦੁਸ਼ਪ੍ਰਭਾਵ ਸਦਕਾ ਅੱਜ ਸੰਸਾਰ ਦੇ ਵਿੱਚ ਪਤਤ ਪੁਣੇ ਦਾ ਜ਼ਹਿਰ ਫੈਲ ਗਿਆ। ਜੋ ਗੁਰੂ ਦੇ ਪ੍ਰਤੀ ਇਮਾਨਦਾਰ ਨਹੀਂ ਸੱਚ ਜਾਣਿਓ, ਉਹ ਸਾਡੇ ਤੁਹਾਡੇ ਪ੍ਰਤੀ ਕਦੇ ਇਮਾਨਦਾਰ ਨਹੀਂ ਹੋ ਸਕਦੇ। ਅਸੀਂ ਕਿਉਂ ਆਪਣਾ ਪਿਛੋਕੜ ਭੁੱਲ ਗਏ ਹਾਂ? ਇੱਕ ਸਮਾਂ ਸੀ ਜਦੋਂ ਤੰਬਾਕੂ ਨੋਸ਼ੀ ਕਰਨ ਵਾਲੇ, ਸਿਗਰਟ ਪੀਣ ਵਾਲੇ ਕੁਝ ਬੰਦੇ ਜੇ ਕਿਤੇ ਗੁਰਸਿੱਖ ਨੂੰ ਵੇਖਦੇ ਸਨ ਤੇ ਪਰੇ ਹੋ ਜਾਂਦੇ ਸਨ ਜਾਂ ਆਪਣੀ ਸਿਗਰਟ ਨੂੰ ਸੁੱਟ ਦਿੰਦੇ ਸਨ। ਤੰਬਾਕੂ ਨੋਸ਼ੀ ਕਰਨ ਵਾਲੇ ਇੱਕ ਮਨੁੱਖ ਨੂੰ ਵੀ ਇਹ ਗੱਲ ਭਲੀ ਭਾਂਤ ਪਤਾ ਸੀ, ਉਹ ਜਾਣਦਾ ਸੀ ਕਿ ਇਹ ਗੁਰੂ ਦੇ ਸਿੱਖ ਜੋ ਤੰਬਾਕੂ ਨੂੰ ਨਹੀਂ ਵਰਤਦੇ ਅਤੇ ਇਹਨਾਂ ਦੇ ਨੇੜੇ ਇਹ ਭੈੜੀ ਵਸਤੂ ਵਰਤਣ ਦਾ ਹੀਆ ਵੀ ਕੋਈ ਨਹੀਂ ਸੀ ਕਰਦਾ। ਜਦੋਂ ਗੁਰੂ ਦਾ ਸਿੱਖ ਇਸ ਜਗਤ ਝੂਠ ਤੰਬਾਕੂ ਤੋਂ ਕੋਹਾਂ ਦੂਰ ਸੀ। ਜੇ ਗੁਰੂ ਦੀ ਬਖਸ਼ੀ ਹੋਈ ਸੋਹਣੀ ਦਾੜੀ, ਸੀਸ 'ਤੇ ਸੋਹਣੀ ਦਸਤਾਰ ਅੱਜ ਦੇ ਨੌਜਵਾਨ ਦੇ ਕੋਲ ਸਾਮੀ ਹੋਵੇ ਨਾ, ਅਤੇ ਅੱਜ ਵੀ ਕਿਸੇ ਦਾ ਹੀਆ ਨਾ ਪਵੇ ਤੰਬਾਕੂ ਨੂੰ ਗੁਰੂ ਸਿੱਖ ਦੇ ਨੇੜੇ ਵੀ ਕੋਈ ਵਰਤ ਸਕੇ, ਪਰ ਅੱਜ ਸਾਡੇ ਨੌਜਵਾਨ ਬੱਚੇ ਨਸ਼ਿਆਂ ਵਿੱਚ ਖੱਚਤ ਹੋ ਗਏ, ਸਾਡੇ ਘਰ ਦੀਆਂ ਨੌਜਵਾਨ ਬੱਚੀਆਂ ਨਿਤ ਸ਼ਰਾਬ ਪੀ ਕੇ ਘਰ ਆਉਂਦੀਆਂ ਨੇ। ਭਾਵੇਂ ਸਿੱਖ ਨੇ ਅੱਜ ਪੈਸਾ ਤਾਂ ਬਹੁਤ ਕਮਾ ਲਿਆ, ਅੱਜ ਕਰੋੜਪਤੀ ਪਰਿਵਾਰਾਂ ਦੇ ਵਿੱਚ ਕਾਰਾਂ ਕੋਠੀਆਂ ਤਾਂ ਬਹੁਤ ਸੁੰਦਰ ਨੇ, ਵਧੀਕ ਨੇ, ਘਰ ਦੇ ਐਸ਼ੋ ਆਰਾਮ ਬਹੁਤ ਨੇ, ਪਰ ਮਨ ਦਾ ਸੁੱਖ ਨਹੀਂ, ਕਿਉਂਕਿ ਅੱਜ ਮਾਇਆਧਾਰੀਆਂ ਦੇ ਬੱਚੇ ਨਸ਼ਿਆਂ ਵਿੱਚ ਗਲਤਾਨ ਹੋ ਕੇ ਮੌਤ ਨੂੰ ਸੱਦਾ ਪਏ ਦਿੰਦੇ ਨੇ।
ਸਿੱਖਾਂ ਦੀਆਂ ਕੁੜੀਆਂ, ਸਿੱਖਾਂ ਦੇ ਮੁੰਡੇ ਸ਼ਰਾਬੀ ਹੋ ਗਏ, ਕਿਉਂਕਿ ਅਸੀਂ ਸਿੱਖੀ ਨੂੰ ਨਾ ਸੰਭਾਲ ਸਕੇ, ਕਿਉਂਕਿ ਅਸੀਂ ਮਾਇਆ ਦੇ ਵਿੱਚ ਗਲਤਾਨ ਰਹੇ, ਬਾਣੀ ਨੂੰ ਵਿਸਾਰ ਦਿੱਤਾ। ਪਹਿਲਾਂ ਬਾਣੀ ਵਿਸਰ ਗਈ ਅਤੇ ਫਿਰ ਬਾਣਾ ਵਿਸਰ ਗਿਆ। ਅਸਲ ਦੇ ਵਿੱਚ ਬਾਣੀ ਨੇ ਇਸ ਬਾਣੇ ਨੂੰ ਸੰਭਾਲਣਾ ਸੀ। ਅਸਾਂ ਤਾਂ ਦਾਅਵੇ ਨਾਲ ਕਹਿ ਦਿੱਤਾ, ਬਹੁਤੀ ਬਾਣੀ ਪੜ੍ਹਨ ਦੀ ਕੀ ਲੋੜ ਹੈ, ਮਨ ਸਾਫ ਹੋਣਾ ਚਾਹੀਦਾ। ਅੱਜ ਹਾਲਾਤ ਵੇਖ ਲਓ, ਮਨ ਸਾਫ ਹੋਣ ਦਾ ਦਾਅਵਾ ਕਰਨ ਵਾਲੇ ਇਹਨਾਂ ਦੇ ਚਿਹਰੇ ਤੋਂ ਦਾੜੀ ਮੁੱਛਾਂ ਹੀ ਸਾਫ ਹੋ ਗਈਆਂ। ਇਹਨਾਂ ਦੇ ਪਰਿਵਾਰ ਅਮਲੀ ਹੋ ਗਏ, ਇਹਨਾਂ ਦੀਆਂ ਧੀਆਂ ਸ਼ਰਾਬੀ ਹੋ ਗਈਆਂ। ਅੱਜ ਕਿਸੇ ਸਿੱਖ ਦੀ ਬੱਚੀ ਨੂੰ ਜਦੋਂ ਕਿਸੇ ਭਈਏ ਨਾਲ ਜਾਂ ਕਿਸੇ ਮੁਸਲਮਾਨ ਨਾਲ ਦੌੜਨ ਦੀ ਖਬਰ ਮਿਲਦੀ ਏ, ਹਿਰਦਾ ਤਾਂ ਦੁਖਦਾ ਹੀ ਏ, ਪਰ ਉਹਨਾਂ ਦੇ ਮਾਤਾ ਪਿਤਾ ਵੱਲੋਂ ਬਣਾਏ ਹੋਏ ਘਰ ਦੇ ਉਸ ਮਾਹੌਲ ਨੂੰ ਫਿੱਟ ਲਾਨਤ ਪਾਉਣ ਦਾ ਚਿੱਤ ਵੀ ਕਰਦਾ, ਜਿਨ੍ਹਾਂ ਨੇ ਬਚਪਨ ਤੋਂ ਆਪਣੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਨਹੀਂ ਦਿੱਤੀ। ਦਾਤ ਦੇ ਵਿੱਚ ਖੱਚਤ ਰਹੇ, ਦਾਤੇ ਨੂੰ ਵਿਸਾਰ ਕੇ ਆਪਣੇ ਘਰਾਂ ਦੇ ਵਿੱਚ, ਇੱਕ ਸਮਾਂ ਸੀ ਇਹਨਾਂ ਨੇ ਆਪ ਨਸ਼ਾ ਵਾੜਿਆ, ਆਪ ਨਾਈਆਂ ਕੋਲ ਜਾ ਕੇ ਕੇਸ ਕਟਵਾਉਣ ਵਾਲੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਇੱਜ਼ਤਦਾਰ ਘਵਾਉਣ ਦਾ ਦਾਅਵਾ ਕਰਨ ਵਾਲੇ, ਇਹਨਾਂ ਦੇ ਸਿਰ ਸ਼ਰਮ ਨਾਲ ਤਾਂ ਝੁਕਦੇ ਨੇ ਜਦੋਂ ਇਹਨਾਂ ਦੀਆਂ ਜਵਾਨ ਬੱਚੀਆਂ ਮੁਸਲਮਾਨਾਂ ਦੇ ਨਾਲ ਅਤੇ ਭਈਆਂ ਦੇ ਨਾਲ ਭੱਜ ਜਾਂਦੀ ਹੈ। ਇਸ ਦਾ ਜ਼ਿੰਮੇਵਾਰ ਕੌਣ ਹੈ? ਸ਼ਾਇਦ ਇਹ ਆਪ ਸਭ ਤੋਂ ਵੱਡੇ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਨਾ ਸਿੱਖੀ ਨੂੰ ਆਪਣੇ ਜੀਵਨ ਵਿੱਚ ਕਮਾਇਆ, ਨਾ ਆਪਣੇ ਬੱਚਿਆਂ ਨੂੰ ਸਿੱਖੀ ਦੇ ਬਾਰੇ ਕੁਝ ਦੱਸਿਆ। ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਪੈਸਾ ਕਮਾਉਣ ਦੀ ਖਾਤਰ ਕਈ ਬਜ਼ੁਰਗਾਂ ਨੇ ਜਦੋਂ ਆਪਣੇ ਦੇਸ਼ ਨੂੰ ਛੱਡ ਕੇ ਗੈਰ ਮੁਲਕਾਂ ਦੇ ਵਿੱਚ ਜਾ ਕੇ ਵਸਣਾ ਕੀਤਾ। ਮੁਬਾਰਕ ਹੈ, ਪੰਜਾਬੀ ਜਿੱਥੇ ਵੀ ਗਏ ਉੱਥੇ ਲਹਿਰਾਂ ਬਹਿਰਾਂ ਹੋ ਗਈਆਂ, ਕਿਉਂਕਿ ਪੰਜਾਬੀ ਆਪਣੀ ਇਮਾਨਦਾਰੀ ਅਤੇ ਮਿਹਨਤ ਕਰਕੇ ਸਾਰੇ ਜਗਤ ਵਿੱਚ ਇੱਜ਼ਤ ਮਾਣ ਪਾਉਂਦੇ ਨੇ। ਪਰ ਅਫਸੋਸ, ਬਹੁਤੇ ਆਪਣੇ ਸਿੱਖੀ ਸਰੂਪ ਨੂੰ ਨਾ ਸੰਭਾਲ ਸਕੇ। ਅਜੋਕੇ ਪਰਿਵਾਰਾਂ ਦੇ ਨੌਜਵਾਨ ਬੱਚੇ ਜੋ ਵਿਦੇਸ਼ ਦੇ ਵਿੱਚ ਹੀ ਜੰਮੇ ਅਤੇ ਉਸੇ ਮਾਹੌਲ ਦੇ ਵਿੱਚ ਵੱਡੇ ਹੋਏ, ਅੱਜ ਉਹਨਾਂ ਨੂੰ ਸਿੱਖੀ ਦੇ ਬਾਰੇ, ਜੇ ਮੈਂ ਗਲਤ ਨਾ ਹੋਵਾਂ, ਤਾਂ ਸਿੱਖੀ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਵੀ ਨਹੀਂ ਹੋਣੀ। ਭਾਵੇਂ ਡਾਲਰ ਬਹੁਤ ਕਮਾ ਲਏ, ਧਨ ਬਹੁਤ ਇਕੱਤਰ ਕਰ ਲਿਆ, ਪਰ ਸਿੱਖੀ ਪੱਖੋਂ ਹੀਣੇ ਹੋ ਗਏ, ਸਿੱਖੀ ਪੱਖੋਂ ਗਰੀਬ ਹੋ ਗਏ। ਇਹ ਹਾਲਤ ਅੱਜ ਸਾਡੇ ਪੰਜਾਬ ਦੀ ਅਤੇ ਹੋਰ ਇਲਾਕਿਆਂ ਦੀ ਹੋ ਗਈ। ਦਾਸ ਵਧਾਈ ਦੇਣਾ ਚਾਹੁੰਦਾ ਪੰਜਾਬ ਤੋਂ ਬਾਹਰ ਵੱਸਦੇ ਉਹਨਾਂ ਸਿੱਖ ਪਰਿਵਾਰਾਂ ਨੂੰ, ਜਿਨ੍ਹਾਂ ਨੇ ਗੁਰੂ ਦੀ ਰਹਿਮਤ ਸਦਕਾ ਆਪਣੇ ਸਰੂਪ ਨੂੰ, ਗੁਰੂ ਦੀ ਮਰਿਆਦਾ ਨੂੰ ਅਤੇ ਗੁਰੂ ਦੇ ਦਰਸਾਏ ਹੋਏ ਮਾਰਗ ਨੂੰ ਆਪਣੇ ਜੀਵਨ ਵਿੱਚ ਅਮਲ ਕਰਕੇ ਲਿਆਂਦਾ। ਭਾਵੇਂ ਅੱਜ ਫਿਰ ਇੱਕ ਵਾਰੀ ਚੇਤਨਾ ਜਾਗਰਤ ਹੋਈ ਏ, ਅੱਜ ਨੌਜਵਾਨ ਭਾਵੇਂ ਫਿਰ ਸਿੱਖੀ ਵੱਲ ਮੁੜ ਪਰਤਿਆ, ਇਹ ਵਧਾਈ ਦੀ ਬਾਤ ਹੈ, ਪਰ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਸੱਚ ਦਾ ਪ੍ਰਚਾਰ ਹੋਵੇ ਅਤੇ ਸਤਿਗੁਰੂ ਦਾ ਬਚਨ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ।
ਗੁਰੂ ਘਰਾਂ ਦੇ ਵਿੱਚੋਂ ਸੱਚ ਦੀ ਗੱਲ ਕੀਤੀ ਜਾਵੇ, ਪ੍ਰਬੰਧਕ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਗੁਰੂ ਦੇ ਪ੍ਰਤੀ ਇਮਾਨਦਾਰ ਪ੍ਰਚਾਰਕਾਂ ਨੂੰ ਅੱਗੇ ਲਿਆਉਣ ਦਾ ਯਤਨ ਕਰਨ ਅਤੇ ਅੱਜ ਵੀ ਸਿੱਖੀ ਦੀ ਸੰਭਾਲ ਕੀਤੀ ਜਾ ਸਕਦੀ ਹੈ। ਪ੍ਰਬੰਧਕ ਵਰਗ ਦਾ ਅਤੇ ਪ੍ਰਚਾਰਕ ਵਰਗ ਦਾ ਇਹ ਫਰਜ਼ ਵੀ ਬਣਦਾ ਹੈ, ਜਿਸ ਗੁਰੂ ਦਾ ਦਿੱਤਾ ਖਾਨੇ ਆ, ਜਿਸ ਬਾਪੂ ਦਾ ਦਿੱਤਾ ਹੰਡਾਨੇ ਆ, ਜਿਸ ਕਲਗੀਆਂ ਵਾਲੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਜੀਵਨ ਜੀ ਰਹੇ ਹਾਂ, ਜਗਤ ਵਿੱਚ ਮਾਣ ਪ੍ਰਾਪਤ ਕਰਦੇ ਹਾਂ, ਉਸ ਦੀ ਸਿੱਖੀ ਦੀ ਗੱਲ ਡਟਵੇਂ ਤੌਰ 'ਤੇ ਰੱਜ ਕੇ ਗੁਰੂ ਦੀ ਪੈ ਪਾਵਨੀ ਵਿੱਚ ਕੀਤੀ ਜਾਵੇ, ਕੁਝ ਐਸੀ ਲਹਿਰ ਚਲਾਈ ਜਾਵੇ ਜਿਸ ਦੇ ਨਾਲ ਸਾਡੇ ਸਿੱਖ ਨੌਜਵਾਨਾਂ ਨੂੰ ਸਿੱਖੀ ਦੇ ਬਾਰੇ ਕੰਨਾਂ ਦੇ ਵਿੱਚ ਸੋ ਪਵੇ, ਸਿੱਖੀ ਨਾਲ ਜੁੜ ਸਕਣ, ਮਰਿਆਦਾ ਦਾ ਘਾਣ ਕਰਨ ਵਾਲੇ ਇਹਨਾਂ ਨੂੰ ਸੰਸਾਰ ਦੇ ਸਾਹਮਣੇ ਲਿਆਂਦਾ ਜਾਵੇ, ਤਾਂ ਜੇ ਇਹਨਾਂ ਪੰਥ ਮਾਰੂ ਸੋਚਾਂ ਨੂੰ ਅਤੇ ਪੰਥ ਵਿਰੋਧੀ ਜ਼ਾਲਮਾਂ ਨੂੰ ਪਛਾਣਿਆ ਜਾ ਸਕੇ ਅਤੇ ਇਹਨਾਂ ਦਾ ਡਟ ਕੇ ਵਿਰੋਧ ਕਰਦਿਆਂ ਸਿੱਖੀ ਦੇ ਪ੍ਰਚਾਰ ਵਿੱਚ ਆਪਣਾ ਇੱਕ ਸੁੰਦਰ ਰੋਲ ਅਦਾ ਕਰ ਸਕੀਏ। ਜਿੱਥੇ ਜਾਏ ਬਹਿਏ ਭਲਾ ਕਹੀਏ।